ओ बुढ़े पागल हो गया। बेटर ऑप्शन मैनू लगन लगी कि यार मैं अपने आप नू खत्म ही कर ला। अपने आप नाल नफरत हो गई। जो साडे पर्पस है लाइफ का वह पहले रिवील हो जाए। जे तुसी कहंदे हो ए फुकरा है, मैनू फुकरा बन के ही बहुत मजा आया। जस्ट बिकॉज के मेरे वाल चिट्टे हो गए, दाढ़ी चिट्टी हो गई, मेरा दिल और खून हाली चिट्टा नहीं होया। ओदे च ओडा ही जोश है, ओयो ही सपने है जड़े बाकी सब लोगां दे हुंदे आ। सारी सारी रात इहदे कोल बैठी रहिंदी सी, पाठ करदी होई, माला फेरदी कि भई मेरे बेटे नूं ठीक कर दो किसे तरह। सोसाइटी ते कोई कुछ कहेगा, कोई कुछ कहेगा। जिथे तुहाडे अपने बच्चे ने ना, सोसाइटी दी बिल्कुल परवाह ना करो। ਲੋਕੀ ਤਕਰੀਬਨ 50-55 ਫਿਰ ਆਉਂਦੇ ਆਉਂਦੇ 60 ਸਾਲ ਦੀ ਉਮਰ ਤੱਕ ਜੋ ਹੈ ਆਪਣੀ ਰਿਟਾਇਰਮੈਂਟ ਪਲਾਨ ਕਰ ਲੈਂਦੇ ਨੇ। ਜਿੰਨਾ ਕੰਮ ਕਰਨਾ ਸੀ ਕਰ ਲਿਆ, ਜਿੰਨੇ ਸੁਪਨੇ ਪੂਰੇ ਕਰ ਸਕਦੇ ਸੀ ਕਰ ਲਏ, ਬਾਕੀ ਚਲੋ ਕੋਈ ਨਹੀਂ। ਪਰ ਕੁਛ ਇਹੋ ਜਿਹੇ ਲੋਕੀ ਵੀ ਨੇ ਜੋ ਕਿ ਆਪਣੀ ਜੋ ਜ਼ਿੰਦਗੀ ਹੈ ਉਸਦੀ ਅਸਲ ਸ਼ੁਰੂਆਤ ਇਸ ਉਮਰ ਚ ਆ ਕੇ ਕਰਦੇ ਨੇ। ਉਹਨਾਂ ਦੇ ਜੋ ਸੁਪਨੇ ਨੇ ਉਹ ਇਸ ਉਮਰ ਚ ਆ ਕੇ ਉਡਾਰੀ ਭਰਦੇ ਨੇ। ਤੇ ਇਸ ਵਕਤ ਮੇਰੇ ਨਾਲ ਮੌਜੂਦ ਨੇ ਦਿਨੇਸ਼ ਮੋਹਨ। ਤੁਸੀਂ ਇੱਕ ਸਕਸੈਸਫੁਲ ਮਾਡਲ ਹੋ 63 ਸਾਲ ਦੀ ਉਮਰ ਵਿੱਚ। ਇਹ ਜੋ ਦਿਨੇਸ਼ ਹੈ ਜੋ ਕਿ ਮੁਸਕੁਰਾ ਰਿਹਾ ਹੈ, ਜਿਸਦੀ ਅੱਖਾਂ ਵਿੱਚ ਇੱਕ ਚਮਕ ਹੈ, ਇਸਦਾ ਜੋ ਬਚਪਨ ਸੀ ਉਹ ਕਿੱਦਾਂ ਦਾ ਰਿਹਾ? ਬਚਪਨ ਮੇਰਾ ਬਹੁਤ ਨੋਰਮਲ, ਬਹੁਤ ਹੀ ਇੱਕ ਅੱਛੇ ਹੈਪੀ ਹੋਮ ਦੇ ਵਿੱਚ। ਮੇਰੇ ਪੇਰੈਂਟਸ ਦੋਨੋਂ ਜਿਹੜੇ ਹੈ ਉਹ ਮਿਡਲ ਕਲਾਸ ਵਰਕਿੰਗ ਪੇਰੈਂਟਸ ਸੀ। ਮੇਰੇ ਫਾਦਰ ਵੀ ਟੀਚਰ ਸੀ ਕਾਲਜ ਵਿੱਚ, ਮੇਰੇ ਮਦਰ ਵੀ ਟੀਚਰ ਸੀ, ਦੋਨੋਂ ਇੰਗਲਿਸ਼ ਲਿਟਰੇਚਰ ਪੜ੍ਹਾਉਂਦੇ ਸੀ, ਐਂਡ ਵੀ ਹੈਡ ਅ ਫੁੱਲ ਹਾਊਸ। ਤਾਂ ਫਿਰ ਸੰਘਰਸ਼ ਐਕਚੁਅਲੀ ਕਿੱਥੇ ਆਇਆ? ਮੈਂ ਥੋੜ੍ਹਾ ਜਿਹਾ ਡਿਫਰੈਂਟ ਸੀ ਬਾਕੀ ਲੋਕਾਂ ਤੋਂ। ਆਈ ਵਾਜ਼ ਅ ਲਿਟਲ ਇੰਟਰੋਵਰਟਿਸ਼ ਨੋ, ਜਿਹੜੇ ਆਪਣੀ ਦੁਨੀਆ ਵਿੱਚ ਰਹਿੰਦੇ ਹੈ। ਮੇਰੇ ਕੋਈ ਜ਼ਿਆਦਾ ਦੋਸਤ ਨਹੀਂ ਹੁੰਦੇ ਸੀ, ਔਰ ਜ਼ਿਆਦਾ ਮੈਂ ਗੇਮਸ ਵਗੈਰਾ ਵਿੱਚ ਨਹੀਂ ਹੈਗਾ ਸੀ, ਪੜ੍ਹਾਈ ਵਿੱਚ ਜ਼ਿਆਦਾ ਲੱਗਿਆ ਰਿਹਾ। ਐਂਡ ਮੈਨੂੰ ਪਤਾ ਸੀ ਕਿ ਮੈਂ ਅਗਰ ਸੋਸਾਇਟੀ ਜਦੋਂ ਬਾਹਰ ਜਾਵਾਂਗਾ ਤਾਂ ਮੈਂ ਜ਼ਿਆਦਾ ਪਾਪੂਲਰ ਨਹੀਂ ਹੋਣ ਵਾਲਾ। ਮੈਂ ਕਦੀ ਰਿਐਕਟ ਨਹੀਂ ਕੀਤਾ ਲੋਕ ਮੇਰੇ ਬਾਰੇ ਜੋ ਵੀ ਬੋਲ ਰਹੇ ਸੀ। ਮੈਂ ਡਿਫਰੈਂਟ ਬਹੁਤ ਸੀ, ਪਰਸਨੈਲਿਟੀ ਪਹਿਲੇ ਵੀ ਬਹੁਤ ਡਿਫਰੈਂਟ ਸੀ, ਕੱਪੜੇ ਬਹੁਤ ਹੱਟ ਕੇ ਪਾਉਂਦਾ ਸੀ, ਦੇਖਣ ਵਿੱਚ ਥੋੜ੍ਹਾ ਡਿਫਰੈਂਟ ਸੀ ਬਾਕੀ ਲੋਕਾਂ ਤੋਂ। ਤਾਂ ਗੱਲਾਂ ਬਣਦੀਆਂ ਰਹਿੰਦੀਆਂ ਸੀ, ਔਰ ਮੈਂ ਕਦੀ ਉਹਨਾਂ ਨੂੰ ਕੱਟਣ ਦੀ ਉਹਨਾਂ ਗੱਲਾਂ ਨੂੰ ਕੋਸ਼ਿਸ਼ ਨਹੀਂ ਕੀਤੀ। ਸੋ ਦੈਟ ਥਿੰਗ ਯੂ ਨੋ ਵੈਂਟ ਆਊਟ ਬਿਲਡਿੰਗ ਅਪ, ਮੇਰੇ ਮਾਇੰਡ 'ਤੇ ਪ੍ਰੈਸ਼ਰ ਬਣਦਾ ਗਿਆ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ। ਐਂਡ ਮੈਨੂੰ ਮਹਿਸੂਸ ਹੋਣ ਲੱਗ ਗਿਆ ਕਿ ਜਾਂ ਤਾਂ ਮੈਂ ਮਿਸਫਿੱਟ ਹੈਗਾ ਜਾਂ ਦੂਸਰਿਆਂ ਦੀ ਥਿੰਕਿੰਗ ਰੋਂਗ ਹੈ ਮੇਰੇ ਬਾਰੇ 'ਚ। ਔਰ ਉਹ ਚੀਜ਼ਾਂ ਵਧਦੀਆਂ ਐਡਾ ਹੋ ਗਿਆ ਕਿ ਯੂ ਨੋ ਆਈ ਸਟਾਰਟਿਡ ਸਲਿਪਿੰਗ ਇਨ ਟੂ ਡੀਪ ਡਿਪਰੈਸ਼ਨ। ਕੁਛ ਸਰਕਮਸਟਾਂਸਿਸ ਨੈਗੇਟਿਵ ਹੁੰਦੇ ਗਏ ਹੋਰ ਪਰਸਨਲ, ਜੋ ਜ਼ਿਆਦਾ ਮੈਂ ਡਿਟੇਲ 'ਚ ਨਹੀਂ ਜਾਣਾ ਚਾਹਾਂਗਾ। ਥੋੜ੍ਹੇ ਉਹ ਸੈਟਬੈਕਸ ਐਸੇ ਲੱਗੇ ਕਿ ਆਈ ਫਾਊਂਡ ਕਿ ਮੈਂ ਬਿਲਕੁਲ ਮਤਲਬ ਇੱਕ ਚੁਰਸਤੇ ਦੇ ਉੱਪਰ ਆ ਕੇ ਖੜ੍ਹਾ ਹੋ ਗਿਆ, ਔਰ ਕੁਛ ਵੀ ਨਹੀਂ ਹੈ ਮੇਰੇ ਕੋਲ, ਔਰ ਹੁਣ ਮੈਂ ਅੱਗੇ ਕਰਾਂਗਾ ਕੀ। ਔਰ ਉਹ ਫੇਸ ਫਿਰ ਬੜਾ ਲੰਬਾ ਚੱਲਿਆ, ਬਹੁਤ ਮੇਰੇ 'ਤੇ ਅਸਰ ਹੋਣ ਲੱਗ ਗਿਆ, ਵੇਟ ਮੇਰਾ ਬਹੁਤ ਵੱਧ ਗਿਆ ਕਿਉਂਕਿ ਮੈਂ ਖਾਂਦਾ ਬਹੁਤ ਸੀ, ਔਰ ਹਰ ਚੀਜ਼ ਸਾਰੀ ਫਰਸਟ੍ਰੇਸ਼ਨ ਮੈਂ ਖਾਣ ਪੀਣ ਦੇ ਉੱਪਰ ਹੀ ਕੱਢਦਾ ਸੀ। 130, 125, 135 ਉੱਥੋਂ ਤੱਕ ਵੇਟ ਮੇਰਾ ਪਹੁੰਚ ਗਿਆ। ਅਲਟੀਮੇਟਲੀ ਇੱਕ ਐਸਾ ਮਤਲਬ ਦਿਨ ਆਇਆ ਜਦੋਂ ਮੈਂ ਬੈੱਡ ਤੋਂ ਉੱਠ ਹੀ ਨਹੀਂ ਸਕਿਆ। ਸੋ ਦੈਟ ਵੈਂਟ ਔਨ ਫੋਰ ਅ ਲੌਂਗ ਟਾਈਮ, 10-12 ਸਾਲ ਐਂਡ ਦੀ ਸਟਰਗਲ ਮੇਰੀ ਲਾਈਫ ਵਿੱਚ ਬੜੀ ਗੰਦੇ ਵਾਲੀ ਚੱਲੀ। ਅੱਛਾ ਦਿਨੇਸ਼, ਤੁਸੀਂ ਕਿਹਾ ਕਿ ਡਿਪਰੈਸ਼ਨ ਦੀ ਵਜ੍ਹਾ ਨਾਲ ਤੁਸੀਂ ਕਾਫੀ ਸਫਰ ਕੀਤਾ ਤੇ ਕਾਫੀ ਸਾਰੇ ਕਾਉਂਸਲਿੰਗ ਪ੍ਰੋਫੈਸ਼ਨਲਸ ਹੁੰਦੇ ਨੇ, ਟ੍ਰੀਟਮੈਂਟ ਹੁੰਦੇ ਨੇ, ਮੈਡੀਕੇਸ਼ਨ ਹੁੰਦੀ ਹੈ, ਤੁਸੀਂ ਕੀ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਸਭ ਕਰਾਂ ਤਾਂ ਕਿ ਮੇਰਾ ਐਟਲੀਸਟ ਡਿਪਰੈਸ਼ਨ ਕਿਉਰ ਹੋਵੇ, ਵਾਪਸ ਆਪਣੀ ਜੋ ਜ਼ਿੰਦਗੀ ਉਹਨੂੰ ਪਟਰੀ ਤੇ ਲਿਆਵਾਂ? ਦੇਖੋ, ਸਭ ਤੋਂ ਵੱਡੀ ਸਾਡੇ ਸੋਸਾਇਟੀ ਦੀ ਆਇਰਨ ਹੀ ਆਵੇ ਕਿ ਇੱਥੇ ਸਾਰੇ ਹੀ ਸਾਈਕੀਆਟ੍ਰਿਸਟ ਨੇ, ਇੱਥੇ ਸਾਰੇ ਹੀ ਡਾਕਟਰ ਨੇ, ਸਾਰੇ ਹੀ ਕੌਂਸਲਰ ਨੇ। ਸਭ ਤੋਂ ਵੱਡੇ ਕੌਂਸਲਰ ਤਾਂ ਤੁਹਾਡੇ ਰਿਸ਼ਤੇਦਾਰ ਨੇ, ਫਿਰ ਸਮਾਜ ਦੇ ਅੜੋਸੀ ਪੜੋਸੀ। ਤੂੰ ਖੁਸ਼ ਨਹੀਂ ਰਹਿੰਦਾ, ਤੂੰ ਉੱਠਦਾ ਕਿਉਂ ਨਹੀਂ, ਤੂੰ ਬਾਹਰ ਕਿਉਂ ਨਹੀਂ ਜਾਂਦਾ, ਤੂੰ ਅੰਦਰ ਕਿਉਂ ਨਹੀਂ ਆਉਂਦਾ। ਸਲਾਹ ਆਪਣੇ ਵੱਲੋਂ ਅੱਛੀ ਦੇ ਰਹੇ ਹਾਂ, ਤੁਸੀਂ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰੋ ਕਿ ਯਾਰ ਥੋੜ੍ਹਾ ਹੱਸਿਆ ਕਰ। ਬਟ ਨੈਗੇਟਿਵ ਇੰਪਲੀਕੇਸ਼ਨ ਕੀ ਹੈ ਕਿ ਤੂੰ ਤਾਂ ਕਦੀ ਹੱਸਦਾ ਹੀ ਨਹੀਂ। ਬੈਟਰ ਆਪਸ਼ਨ ਮੈਨੂੰ ਲੱਗਣ ਲੱਗੀ ਕਿ ਯਾਰ ਮੈਂ ਆਪਣੇ ਆਪ ਨੂੰ ਖਤਮ ਹੀ ਕਰ ਲਾਂ। ਆਪਣੇ ਆਪ ਨਾਲ ਨਫ਼ਰਤ ਹੋ ਗਈ, ਖਾ ਰਿਹਾ ਤੇ ਖਾ ਰਿਹਾ, ਖੁਦ ਨੂੰ ਖਤਮ ਕਰਨ ਵਾਸਤੇ ਖਾ ਰਿਹਾ, ਜੋ ਵੀ ਕਰ ਰਿਹਾ ਉਹ ਆਪਣੇ ਆਪ ਨੂੰ ਡਿਸਟਰੋਏ ਕਰਨ ਵਾਸਤੇ ਕਰ ਰਿਹਾ, ਸੁਸਾਈਡਲ ਹੋ ਗਿਆ ਸੀ। ਮੈਂ ਇੱਕ ਗੱਲ ਮੈਂ ਇੱਥੇ ਕਹਿਣਾ ਚਾਹਾਂਗਾ, ਦਿਲ ਕਰਦਾ ਸੀ ਖਤਮ ਕਰ ਲਓ, ਐਡੀ ਸਫਰਿੰਗ ਦੀ ਕੀ ਲੋੜ ਹੈ, ਦਿਮਾਗ ਪਰੇਸ਼ਾਨ, ਸਰੀਰ ਪਰੇਸ਼ਾਨ, ਕੁਛ ਕਰ ਨਹੀਂ ਪਾ ਰਹੇ ਤੁਸੀਂ। ਆਈ ਵਾਜ਼ ਯੰਗ, ਐਸੀ ਕੋਈ ਉਮਰ ਨਹੀਂ ਮੇਰੀ ਹੋਈ ਸੀ ਕਿ, ਔਰ ਦੂਸਰੇ ਲੋਕਾਂ ਨੂੰ ਦੇਖਦਾ ਸੀ ਤਾਂ ਬਹੁਤ ਫਰਸਟ੍ਰੇਸ਼ਨ ਹੁੰਦੀ ਸੀ
यार सब हंस खेल रहे हैं। तुसी गल कीती कि किवें सफरिंग हुई ते किवें तुसी सुसाइडल हो गए, ते फिर ऐसा की चमत्कार हो गया कि जो आज दे टाइम विच जो प्रेजेंट दिनेश है एक सक्सेसफुल मॉडल है, एक्टर है, ते इवन लोकां नूं भी इंस्पायर करदा है, ए किवें होया? मैं साइकियाट्रिक ट्रीटमेंट ते लै ही रहा सी और मेरी इमीजिएट जड़े फैमिली सी उस वेले मेरे नाल, मेरी सिस्टर ब्रदर इन लॉ, वह मैनू बहुत समझाते सी, बहुत सपोर्ट करते सी और उन्हां दा एफर्ट चलता रहिंदा सी कि मैं अपने लिए कुछ करा एटलीस्ट। मतलब ए उम्मीद तो किसी नूं भी नहीं सी कि मैं दोबारा, मैनू खुद ही नहीं सी कि मैं सोसायटी का दोबारा हिस्सा बनागा, बट एडा जरूर सब ने सोचा सी कि बैड तो हट जाए, चलन फिरन लग जाए, नॉर्मल एक्टिविटीज़ करन लग जाए, ओडा ही एम सी। डाइट बहुत स्ट्रिक्टली मैं की, मतलब एडी स्ट्रिक्टली जिन्हों कहते हैं डू और डाई, एंड लकीली विद इन 10 मंथ्स मेरा अराउंड 40-45 के जीज वेट जो है वो बड़ी अद्भुत गल लगती है लोगों नूं। बाद जिम ज्वाइन किया, स्विमिंग स्टार्ट की, फिजियोथेरेपी बड़ी एग्रेसिवली मैं की कि मैं दोबारा चल सकाँ, घूमना फिरना बहुत स्टार्ट किया, शॉपिंग बहुत पागलों की तरह स्टार्ट की, जो एडे साल मिस किया सी मैं अपनी जिंदगी। एवरीबडी सेज तुहाड़े च एनर्जी कित्थों आई, एवरीबडी फॉरगेट्स के मैं ऑलमोस्ट एक कोमा च सी 12 साल। सो मैं इंटरनलाइज करना बंद कर दिता, जे तुसी कहंदे हो ए फुकरा, मैनू फुकरा बन के ही बहुत मजा आया उस वेले कि ठीक है मैं कपड़े खरीदने हैं, पिक्चरां देखनी है, शॉपिंग करना है, घूमन जाना है, करना है, मैं क्यों ना करा, ए सारिया चीज़ा बनिया हुई करन वास्ते। सो एक 1.5 साल मैं फिर इंज अपने अपना ध्यान रखते हुए, अपनी नॉलेज रीगेन करते हुए दुनिया के बारे च, फ्रेंड्स बनाते हुए, आई मेड अ लॉट ऑफ फ्रेंड्स ड्यूरिंग दैट टाइम, यू नो, जिम च बाहर हर तरह के रिलेशनस मैं उस वेले एंजॉय करने की कोशिश की, दैन दिस मॉडलिंग एक्टिंग हैपेंड। कि ये कोई पुराना कोई एक तुहाडा कोई डिजायर सी जो सप्रेस सी कि तुसी सोचा कि चलो हुण मॉडल भी बन जाने आ, या सामने कोई अपॉर्चुनिटी आई, ये मॉडलिंग किवें स्टार्ट कीती तुसी? मैं जिस फिजियोथेरेपिस्ट दे कोल जांदा सी अपनी हेल्प वास्ते, ओदे फादर किसी मॉडलिंग एजेंसी दे नाल कनेक्टेड सी दिल्ली च, और वो खुद ओदे फादर एक सीनियर एज मॉडल सी। सो उस मुंडे ने मैनू कहा कि सर तुसी मेरे देखते देखते परसनैलिटी थोड़ी चेंज हो गई है, पहले तुसी लिफ्ट चाहते सी, हुण तुसी चौथे फ्लोर ते स्टेयर्स दौड़ के आ जाते हो, तो तुसी थोड़ा सोचो कि तुसी मॉडलिंग एक्टिंग दे वाल थोड़ा जा सकते हो अगर। एंड यकीन मनो मैं बिल्कुल आइडिया नहीं सी कि मैं ऑलरेडी 56-57 साल का सी जदों मैं वो शूट किया या ऑडिशन भी दई, तो मैं रियलाइज किया कि मे बी एडे साल का जो मेरा जर्नी है वो मैं इस पास लैके आ रहा है। So that was the thing. I wish के ऐसी सारे जो साड़े purpose है life दा वो पहले reveal हो जाए बिना struggle दे, but वो मेरे केस छोया नहीं। So here I am, happy now. Yes.